ਹੈਲੋ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ ਸਾਰੇ ਜਣੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਂਜੀ, ਜਿਹੜੇ ਨਵੇਂ ਵਿਊਅਰਸ ਆਪਾਂ ਨੂੰ ਦੇਖਣ ਲੱਗੇ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਜਿੰਨੇ ਵੀ ਗਰਮੀ ਵਾਲੇ ਸੂਟਸ ਆਉਣਗੇ ਜੀ, ਤੁਹਾਡੇ ਮੈਸੇਜਸ ਆਉਂਦੇ ਆ ਉਦੋਂ ਨੂੰ ਸੂਟ ਹੈਗੇ ਜਿਹੜੇ ਸਟਾਕ ਆਊਟ ਹੋ ਚੁੱਕੇ ਹੁੰਦੇ ਆ। ਸੋ ਵੀਡੀਓ ਦੀ ਟਾਈਮਿੰਗ ਨੋਟ ਕਰ ਲਓ, 10 ਵਜੇ ਵੀਡੀਓ ਆਉਂਦੀ ਹੈ ਆਪਣੀ। ਵੀਕ ਦੇ ਵਿੱਚ 3 ਵੀਡੀਓਸ ਤਾਂ ਆਉਂਦੀਆਂ ਹੀ ਆਉਂਦੀਆਂ ਨੇ, ਜ਼ਿਆਦਾ ਆ ਜਾਣ, ਟਾਈਮ ਹੋਵੇ ਤਾਂ ਜ਼ਿਆਦਾ ਵੀ ਆ ਜਾਂਦੀਆਂ ਨੇ। ਠੀਕ ਹੈ, ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸੋ ਦੈਟ ਤੁਹਾਡੇ ਕੋਲ ਨੋਟੀਫਿਕੇਸ਼ਨ ਹੈ ਜਿਹੜਾ ਟਾਈਮਲੀ ਪਹੁੰਚ ਸਕੇ। ਠੀਕ ਹੈ ਜੀ। ਹਾਂਜੀ, ਇਹ ਵਾਲੇ ਸੂਟਸ ਬਹੁਤ ਹੀ ਫਾਈਨ ਕੁਆਲਿਟੀ ਦੇ ਸੂਟਸ ਨੇ, ਇਹ ਵਿਦ ਦੁਪੱਟਾ ਸੂਟਸ ਨੇ। ਠੀਕ ਹੈ ਜੀ, ਇਸ ਤਰ੍ਹਾਂ ਦੇ ਨਾਲ ਸ਼ਰਟ ਬਣੀ ਹੋਈ ਹੈ, ਤੁਹਾਨੂੰ ਕੁਛ ਨਹੀਂ ਕਰਨ ਦੀ ਜ਼ਰੂਰਤ ਹੈਗੀ। ਸੈਂਟਰ ਬਣਿਆ ਹੋਇਆ ਅਤੇ ਇਹ ਨੈਕ। ਠੀਕ ਹੈ ਜੀ, ਇੱਧਰੋਂ ਹੀ ਤੁਹਾਡੇ ਜਿਹੜਾ ਹੈਗਾ ਬਾਜੂ ਆ ਜਾਣੀ, ਬਾਜੂ ਆ ਬੋਟਮ ਤੇ ਲਗਾਉਣਾ ਆ, ਆਫ ਵਾਈਟ ਬੋਟਮ ਦਾ ਹੈ ਕਿ ਨਾ ਐਂਡ ਦੁਪੱਟਾ ਰਹੇਗਾ। ਬਹੁਤ ਹੀ ਵਧੀਆ ਹੈਗਾ ਜਿਹੜਾ ਦੁਪੱਟਾ, ਕਾਟਨ ਦਾ ਹੀ ਦੁਪੱਟਾ ਜੀ, ਨਾਲ ਇਸ ਤਰ੍ਹਾਂ ਦੇ ਨਾਲ ਦੁਪੱਟੇ ਤੇ ਛੋਟੇ ਵਾਲੇ ਪੱਲਿਆਂ ਦੇ ਉੱਪਰ ਲੇਸ ਲੱਗੀ ਹੋਈ ਹੈ। ਠੀਕ ਹੈ ਜੀ, ਅਗੇਨ ਪਲੇਨ ਬੋਟਮ ਆਏਗੀ। ਡਿਜ਼ਾਈਨਰ ਜੇ ਸੂਟ ਨੇ ਜੀ, ਇਸ ਤਰ੍ਹਾਂ ਦੇ ਨਾਲ ਹੈ ਸ਼ਰਟ। ਠੀਕ ਹੈ ਜੀ, ਦੇਖ ਸਕਦੇ ਹੋ ਘੇਰਾ ਬਣਿਆ ਹੋਇਆ, ਪ੍ਰੋਪਰ ਲੇਸਿਸ ਲੱਗੀਆਂ, ਪਿੰਟੈਕਸ ਪਏ ਹੋਏ ਨੇ, ਪ੍ਰੋਪਰਲੀ ਹਾਈਲਾਈਟਡ ਹੈ। ਦੇਖੋ ਆਰੀ ਦੇ ਨਾਲ ਹਾਈਲਾਈਟਡ ਹੈ, ਹੈਂਡ ਐਮਬਰੋਇਡਰੀ ਹੈ, ਮਿਰਰਸ ਲੱਗੇ ਹੋਏ ਨੇ ਪੂਰੇ ਦੇ ਵਿੱਚ। ਇਸ ਤਰ੍ਹਾਂ ਹੀ ਆ ਜਾਣਾ ਸੇਮ ਤੁਹਾਡੀ ਬਾਜੂ ਦੇ ਉੱਪਰ। ਠੀਕ ਹੈ ਜੀ, ਇਹ ਰਹੇਗਾ ਦੁਪੱਟਾ। ਸਾਰੇ ਸਾਈਡਸ ਹੈਗੇ ਦੁਪੱਟੇ ਦੇ, ਸ਼ਰਟ ਵਾਲਾ ਬਾਰਡਰ ਲੱਗ ਕੇ ਕਵਰ ਹੋਈ ਹੋਈ ਹੈ। ਸੇਮ ਲੇਸ ਹੈਗੀ ਹੈ ਜਿਹੜੀ ਦੁਪੱਟੇ ਤੇ ਲੱਗੀ ਹੋਈ ਹੈ, ਸੈਂਟਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਮਿਰਰ ਵਰਕ ਹੋਇਆ। ਹਾਂਜੀ, ਨੈਕਸਟ ਇਹ ਸੂਟ ਹੈ, ਕਾਟਨ ਦੇ ਸੂਟਸ ਨੇ ਜੀ, ਬਹੁਤ ਫਾਈਨ ਕੁਆਲਿਟੀ ਦੀ ਕਾਟਨ ਹੈਗੀ ਹੈ। ਠੀਕ ਹੈ, ਜਿੱਦਾਂ ਅੱਗੇ ਹੁੰਦਾ ਨਾ ਆਪਣੇ ਮਾਰਚ ਅਪ੍ਰੈਲ ਦੇ ਵਿੱਚ ਪਾਉਂਦੇ ਤੇ, ਬਹੁਤ ਸੋਹਣੇ ਸੂਟਸ ਨੇ। ਠੀਕ ਹੈ, ਅਗੇਨ ਪਿੰਟੈਕਸ ਨੇ ਘੇਰੇ ਤੇ, ਲੇਸ ਲੱਗੀ ਹੋਈ ਹੈ। ਸਾਰੀ ਸ਼ਰਟ ਹੈਗੀ ਹੈ, ਉਹਦੇ ਵਿੱਚ ਸੀਗਾ ਯੈਲੋ ਕਲਰ ਐਂਡ ਇਸ ਦੇ ਵਿੱਚ ਮਹਿਰੂਨ ਸ਼ੇਡ ਹੈ। ਠੀਕ ਹੈ, ਉਸੇ ਤਰ੍ਹਾਂ ਹੀ ਜਿਹੜਾ ਹੈਗਾ ਦੁਪੱਟਾ, 4 ਸਾਈਡਸ ਹੈ ਸ਼ਰਟ ਨਾਲ ਦਾ ਲੱਗੀ ਸਟੱਫ, ਇਸ ਤਰ੍ਹਾਂ ਦੇ ਨਾਲ ਲੇਸਿਸ ਲੱਗੀ। ਤੁਹਾਨੂੰ ਦੁਪੱਟੇ ਦਾ ਵੀ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ, ਨਹੀਂ ਤੁਹਾਨੂੰ ਵੀ ਪਤਾ ਕਿ ਇੱਦਾਂ ਦੀ ਫਿਨਿਸ਼ਿੰਗ ਕਰਵਾਉਣ ਲਈ ਕਿੰਨਾ ਹੀ ਕੋਸਟ ਪੈਂਦੀ ਹੈ। ਠੀਕ ਹੈ, ਤਾਂ ਤੁਹਾਨੂੰ ਕਹਿ ਲਓ ਰੈਡੀ ਸੂਟ ਮਿਲਦਾ ਹੈ, ਜਸਟ ਸਟਿਚਿੰਗ ਕਰਵਾਉਣੀ ਹੈ ਤੁਸੀਂ। ਇਸ ਤਰ੍ਹਾਂ ਦੇ ਨਾਲ ਬੜੇ ਸੋਹਣਾ ਡਿਜ਼ਾਈਨਰ ਜਿਹਾ ਪੀਸ ਹੈ, ਕੋਸਟ ਇਫੈਕਟਿਵ ਸੂਟਸ ਨੇ ਸਾਰੇ। ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਇਹਦਾ ਪੈਟਰਨ ਬਣਿਆ ਹੋਇਆ ਸ਼ਰਟ ਦੇ ਵਿੱਚ। ਠੀਕ ਹੈ ਜੀ, ਸਾਰੀ ਦੇ ਵਿੱਚ ਦੇਖੋ ਭਰੀ ਹੋਈ ਹੈ, ਬੈਕ ਸਾਈਡ ਪਲੇਨ ਮਿਲੇਗੀ ਤੁਹਾਨੂੰ ਜੀ। ਇਸ ਤਰ੍ਹਾਂ ਦੇ ਦੁਪੱਟਾ ਦੇਖੋ, ਬੋਟਮ ਪਲੇਨ ਆ, ਅਗੇਨ ਦੁਪੱਟੇ ਦੀ ਅਗੇਨ ਪ੍ਰੋਪਰ ਫਿਨਿਸ਼ਿੰਗ ਮਿਲ ਰਹੀ ਹੈ ਤੁਹਾਨੂੰ। ਠੀਕ ਹੈ ਜੀ, ਇਸ ਤਰ੍ਹਾਂ ਦੇ ਨਾਲ ਦੁਪੱਟਾ, ਸਾਰੀ ਸਾਈਡਸ ਆ ਦੁਪੱਟੇ ਦੇ ਇਸ ਤਰ੍ਹਾਂ ਦੇ ਨਾਲ ਕੰਮ ਹੋਇਆ। ਹਾਂਜੀ, ਨੈਕਸਟ ਇਹ ਵਾਲੇ ਆ,
ਕਾਫੀ ਤੁਹਾਡੀ ਨਾ ਡਿਮਾਂਡ ਆ ਰਹੀ ਹੈਗੀ ਹੈ ਕਿ ਸਾਨੂੰ ਕਰੇਪ ਦੇ ਪਲੇਨ ਕਲਰਸ ਦਿਖਾਓ, ਜੋਰਜੱਟ ਦੇ ਪਲੇਨ ਕਲਰਸ ਦਿਖਾਓ, ਐਮਬ੍ਰੋਇਡਰੀ ਕਰਵਾਉਣੀ ਹੈ, ਜ਼ਰੂਰ ਲੈ ਕੇ ਆ ਰਹੇ ਹਾਂ ਜੀ। ਨੈਕਸਟ ਵੀਡੀਓਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੋਰਜੱਟ ਅਤੇ ਕਰੇਪ। ਹਾਂਜੀ, ਮਜੈਂਟਾ ਸ਼ੇਡ ਆ, ਸਾਰੇ ਦੇ ਵਿੱਚ ਹੈਗਾ, ਮਿਰਰ ਵਰਕ ਹੋਇਆ ਹੋਇਆ। ਠੀਕ ਹੈ ਜੀ, ਪਲੇਨ ਬੋਟਮ ਹੈ, ਅਗੇਨ ਐਡੇ ਵਾਲਾ ਦੁਪੱਟਾ ਬਣਿਆ ਹੋਇਆ। ਇੰਨੇ ਸੋਹਣੇ ਪੀਸਿਸ ਨੇ, ਅਲੱਗ ਜੇ ਨੇ। ਠੀਕ ਹੈ, ਦੁਪੱਟਿਆਂ ਦੀ ਤੁਹਾਨੂੰ ਵਧੀਆ ਫਿਨਿਸ਼ਿੰਗ ਮਿਲਦੀ ਹੈ, ਛੋਟੇ ਪੱਲਿਆਂ ਦੇ ਉੱਪਰੇ ਵਾਲਾ ਪੈਟਰਨ ਬਣਿਆ ਹੋਇਆ। ਹਾਂਜੀ, ਨੈਕਸਟ ਹੈਗਾ ਜਿਹੜਾ, ਇਹ ਆਪਣਾ ਗਰਮੀ ਵਾਲਾ ਸਟਾਫ ਹੈ। ਠੀਕ ਹੈ, ਮਡਾਲ ਦੇ ਸੂਟਸ ਨੇ। ਤੁਸੀਂ ਇੱਕ ਹੁੰਦੀ ਹੈ ਜੀ ਘਟੀਆ ਕੁਆਲਿਟੀ ਦੀ ਮਡਾਲ, ਇਹ ਵਧੀਆ ਵਾਲੀ ਮਡਾਲ ਹੈਗੀ ਹੈ, ਮਸਲੀਨ ਮਡਾਲ ਵੀ ਕਹਿੰਦੇ ਆ, ਨਿਊ ਸਟਾਫ ਆਇਆ ਐਕਚੁਲੀ। ਠੀਕ ਹੈ, ਤਾਂ ਇਸ ਦੇ ਉੱਪਰ ਤੁਸੀਂ ਐਮਬਰੋਇਡਰੀ ਕਰਵਾ ਸਕਦੇ ਹੋ, ਆਪਣੇ ਸੂਟਸ ਹੈਗੇ ਆ ਜਿਹੜੇ ਗਰਮੀ ਦੇ ਲਈ ਰੈਡੀ ਕਰਵਾ ਸਕਦੇ ਹੋ। ਪਹਿਲਾ ਹੈਗਾ ਜੀ ਗਾਜਰੀ ਜਿਹਾ ਕਲਰ, ਠੀਕ ਹੈ, ਕਲਰਸ ਦਿਖਾਉਣੇ ਆਪਾਂ ਤੁਹਾਨੂੰ। ਦੂਸਰਾ ਹੈਗਾ ਜੀ ਪੀਕੋਕ ਬਲੂ ਸ਼ੇਡ, ਬਹੁਤ ਆਰਾਮਦਾਇਕ ਕੱਪੜਾ ਤੇ ਵਿਦਆਊਟ ਲਾਈਨਿੰਗ ਸਟਿਚ ਹੋਣ ਵਾਲੇ ਸੂਟਸ ਨੇ ਜੀ ਇਹ ਵਾਲੇ। ਗਰੇਸ ਦੇ ਲਈ ਤੁਸੀਂ ਲਾਈਨਿੰਗ ਲਗਵਾ ਲਓ ਆਪਣੀ ਚੋਇਸ ਦੇ ਨਾਲ, ਉਹ ਗੱਲ ਵੱਖਰੀ ਹੈ। ਠੀਕ ਹੈ, ਵੈਸੇ ਵਿਦਆਊਟ ਲਾਈਨਿੰਗ ਸਟਿਚ ਹੋਣ ਵਾਲੇ ਸੂਟਸ ਨੇ। ਲਓ ਜੀ, ਲੈਂਡੀ ਗ੍ਰੀਨ ਸ਼ੇਡ ਹੈ, ਠੀਕ ਹੈ ਜੀ, ਕਲਰ ਤੁਹਾਡੇ ਕੋਲ ਡਾਰਕ ਆ ਰਿਹਾ, ਲਾਈਟ ਸ਼ੇਡ ਹੈ। ਨੈਕਸਟ ਹੈ ਜੀ ਮੋਵ ਸ਼ੇਡ, ਬੜੇ ਪਿਆਰਾ ਜਿਹਾ ਕਲਰ ਹੈ, ਬਹੁਤ ਟ੍ਰੈਂਡ ਦੇ ਵਿੱਚ ਰਹਿਣਾ ਜੀ ਇਸ ਵਾਰ ਇਹ ਕਲਰ, ਤਾਂ ਤੁਸੀਂ ਪਹਿਲਾਂ ਹੀ ਬਣਾ ਲਓਗੇ, ਉਸ ਤੋਂ ਵੀ ਗਰਮੀਆਂ ਦੇ ਵਿੱਚ ਇਸ ਵਾਰ ਇਹ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਸ਼ੇਡ ਹੈ। 1275 ਰੁਪਏ ਪ੍ਰਾਈਸ ਹੈ ਜੀ, ਜਿਹੜਾ ਮਰਜ਼ੀ ਇਹਨਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ। ਠੀਕ ਹੈ, ਹਲੋ ਜੀ, ਕਲਰ ਤੁਹਾਡੇ ਕੋਲ ਐਗਜੈਕਟ ਸ਼ੋ ਹੋ ਰਿਹਾ, ਗ੍ਰੀਨ ਦੀ ਟੋਨ ਦੇ ਵਿੱਚ ਹੈ, ਫਰੋਜੀ ਕਲਰ ਹੈ ਜੀ, ਬਹੁਤ ਹੀ ਪਿਆਰਾ ਫਰੋਜੀ ਕਲਰ, ਇਹਦੇ ਨਾਲ ਸਾਰੀ ਬਹੁਤ ਸੋਹਣਾ ਕਲਰ ਚਾਰਟ ਹੈ। ਠੀਕ ਹੈ, ਇਸ ਤਰ੍ਹਾਂ ਦੇ ਨਾਲ ਫਰੋਜੀ ਸੂਟ ਹੈ। ਹਾਂਜੀ, ਰਸਟ ਸ਼ੇਡ ਹੈ, ਜਿਹੜਾ ਵੀ ਕਲਰ ਪਸੰਦ ਆਉਂਦਾ ਪ੍ਰੋਪਰ ਸਕਰੀਨਸ਼ਾਟ ਲੈਣਾ ਜੀ। ਸਟਾਫ ਵੀ ਕੱਲਾ ਪਰਚੇਜ਼ ਕਰ ਸਕਦੇ ਹੋ, ਐਮਬਰੋਇਡਰੀ ਵੀ ਕਰਾ ਸਕਦੇ ਹੋ, ਸਟਿਚਿੰਗ ਕਰਵਾ ਸਕਦੇ ਹੋ, ਅਨਸਟਿਚ ਵੀ ਲੈ ਸਕਦੇ ਹੋ, ਬਿਲਕੁਲ ਤੁਹਾਨੂੰ ਆਪਾਂ ਇਹਨਾਂ ਦੇ ਵਿੱਚ ਆਪਸ਼ਨਸ ਸਾਰੀਆਂ ਦੇ ਦਿੱਤੀਆਂ ਨੇ। ਠੀਕ ਹੈ, ਤੁਸੀਂ ਫ੍ਰੀ ਮਾਈਂਡ ਹੋ ਕੇ ਕਿਸੇ ਤਰ੍ਹਾਂ ਦੇ ਨਾਲ ਵੀ ਨਾਲ ਸਿਲੈਕਟ ਕਰ ਸਕਦੇ ਹੋ। ਠੀਕ ਹੈ ਜੀ, ਅੱਜ ਵਾਲੀ ਵੀਡੀਓ ਦੇ ਵਿੱਚ ਇੰਨੀ ਸੂਟਸ, ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ।